बिस्मिल्लाहिर्रहमानिर्रहीम अस्सलाम वालेकुम। मैं उम्मीद कर रहा कि मेरे भैन भरा सारे ठीक ठाक होंगे। सदा हंसते रहो, खुश रहो, आबाद रहो, इस दुआ के नाल अज की मैं वीडियो का आगाज़ कर दवा। वीडियो शुरू करने तो पहले थोड़े भैन भरावों तो एक असी दरखास्त करते हैं, अजे तक अगर तुम यूट्यूब तो नसरुल्लाह वीर का चैनल सबसक्राइब नहीं किया तो सबसक्राइब कर लो, तो बैल आइकॉन का बटन जरूर प्रेस करो ताकि आने वाली वीडियो का नोटिफिकेशन तुम बार वक्त मिलता रहे। तो ये ही असं अपनी वीडियो का आगाज़ करते हैं। अगर वीडियो पसंद आए तो लाइक तो शेयर जरूर करो। तो अज की वीडियो असी शुरू करते हैं। मेरे बच्चे अज जिद करते कहते असी जाना वा, वो जो मामू ने सीढ़ियाँ बनाईया असी सीढ़ियाँ देख के आनी। बच्चे कहते हैं कि असी मामू के घर लाजमी जाना, असी सीढ़ियाँ से चढ़ना, असी जाना देखनिया वा। तो मैं क्या चलो बच्चों फिर तुम मैं फरातरा लिया, बच्चे भी तैयार हो गए तो मैं भी तैयार हो गया, तो हूँ असी जरा ना चक चले। बच्चे तो बाहर ही खड़ा खेलन लग गए। मेरे भैन भरा देख सकते कि जेड़ा अजे भी ऊंट रेहड़ियां जेड़ियां ना चल दियां पईयां, इत्थे टिब्बियां च ही कम देंदे आ, ते टिब्बिया च यही काम देंदे आ रेता च। अग तो बड़ी बेहतरीन चलती पई है। इस हिसाब ने तो तुम मिनट ला के रोटियां पका दोगे। चलो ठीक है, बनाओ रोटी जल्दी जल्दी खाइए फिर। वाह बे वाह, बच्चे खेलते फिरते हैं। शाम का टाइम आ, तो जवेद भाई जड़ा ना पंजाबी भी डंगर पानी पिला फिर वा ठीक। हमने झोटा लिया उन्हें पानी पिलाने वास्ते। अच्छा वाह, अदन मज नू पानी पिला लगी। अच्छा इन पानी पिला तो लिया, पता नहीं केड़ी नू पिलाया पानी। तेरे को खुलती नहीं पई, अज इन्होंने कस के बन दी। उन्होंने पता लग गया ना भी अज अदन ने आ जाना। ਅਸੀਂ ਆਏ ਸੀ, ਬੱਚੇ ਜਿੱਦ ਕਰਦੇ ਸੀ ਕਹਿੰਦੇ ਸੀ ਕਿ ਪਾਪਾ ਅਸੀਂ ਸੀੜੀਆਂ ਦੇਖਣੀਆਂ ਮਾਮੂ ਦੀਆਂ ਜਾ ਕੇ, ਤੇ ਅਸੀਂ ਜਿਹੜਾ ਨਾ ਘਰ ਨਵਾਂ ਦੇਖਾਂ ਕਿ ਕਿੱਦਾਂ ਸੀੜੀਆਂ ਬਣਾਈਆਂ ਹੋਈਆਂ, ਅਸੀਂ ਸੀੜੀਆਂ ਤੇ ਨਹੀਂ ਚੜੇ ਹੈਗੇ, ਤੇ ਅਸੀਂ ਕਿਹਾ ਵੀ ਚਲੋ ਤੁਹਾਨੂੰ ਲੈ ਕੇ ਜਾਂਦੇ ਹਾਂ, ਤੇ ਅਸੀਂ ਵੀ ਆ ਕੇ ਵੀ ਦਿਖਾਉਂਦੇ ਹਾਂ ਤੁਹਾਨੂੰ, ਤੇ ਚਲੋ ਬੱਚੋ ਆਓ ਦੇਖੀਏ। ਚਲੋ ਆ ਗਈ, ਪਤਾ ਆ ਰਿਹਾ ਤਾਂ ਜਾਂ ਜਾਂ ਚਲੋ ਬਾਹਰ ਕੇ ਸਾਥ ਹੋ ਜਾ, ਦੀਵਾਰ ਕੇ ਬਾਹਰ ਚਲੋ ਐਕਸਟਰਾ ਤੀਆਂ ਮਾਰ ਕੇ ਆਪਾਂ ਜੋ ਵੀ बहुत जबरदस्त हो गया, मेरा ख्याल से ग्रिल लाऊंगे है ना। हाँ जी, सा चढ़ गया मान भी दूसरे बच्चे अपने मामू के नाल खुश आ खेलते पे आ।
ਭਾਈ ਅਦਰ ਹੁਣਾਂ ਨੇ ਕਿਹਾ ਸੀ ਕਿ ਜਦੋਂ ਮੈਂ ਤੁਸੀਂ ਗਏ ਨਾ ਤੁਸੀਂ ਇੱਕ ਵਾਰੀ ਕਿਹਾ ਸੀ ਅਦਰ ਨਹੀਂ ਜਾਣਾ ਸੀ ਤੁਸੀਂ ਜਾ ਕੇ ਸ਼ਰਾਰਤ ਫਿਰ ਪੜਦੀ ਨਹੀਂ ਸ਼ਰਾਰਤਾਂ ਕਰਦੀ ਆ ਤੇ ਅਦਨ ਕਿੰਨੀ ਮੇਰੇ ਕੋ ਆਈ ਮਾਮੂ ਤੇ ਮੈਂ ਜਾਣਾ ਆ ਤੇ ਬੱਬਾ ਗੰਦਵਾ ਮੈਂ ਨਹੀਂ ਜਾਣਾ ਮੈਂ ਕਿਹਾ ਮੇਰੇ ਬੇਟੇ ਨੇ ਜਾਣਾ ਕਹਿੰਦੇ ਹਾਂਜੀ ਤੇ ਮੈਂ ਕਿਹਾ ਫਿਰ ਕੀ ਕਰਾਂ ਕਹਿੰਦੀ ਪਾਪਾ ਨੂੰ ਕਹਿਤਾ ਮੈਨੂੰ ਮੰਨ ਜੇ ਮੈਂ ਕਿਹਾ ਅੱਛਾ ਮੈਂ ਗੱਲ ਉਮਾਰ ਨੇ ਕੱਲ੍ਹ ਮੈਨੂੰ ਰਾਤ ਨੂੰ ਫੋਨ ਕਰ ਲਿਆ ਸੀ ਕਿ ਮਾਮੂ ਜੀ ਮੈਂ ਤੁਹਾਡੀਆਂ ਚੀੜੀਆਂ ਜਿਹੜੀਆਂ ਤੀੜੀਆਂ ਬਣਦੀਆਂ ਨਾ ਮੈਂ ਦੇਖੀਆਂ ਮੈਂ ਕਿਹਾ ਅੱਛਾ ਬਹੁਤ ਸੋਹਣਾ ਕੀਤਾ ਕਹਿੰਦਾ ਅਸੀਂ ਦੇਖਣ ਆਉਣਾ ਤੇ ਮੈਂ ਕਿਹਾ ਆ ਜਿਓ ਜਿਓ ਇਹਨਾਂ ਨੇ ਸੀੜੀਆਂ ਦਾ ਬਹੁਤ ਸ਼ੌਕ ਆ ਉੱਪਰ ਚੜ੍ਹਨਾ ਉਤਰਨਾ ਚੜ੍ਹਨਾ ਉਤਰਨਾ ਤੇ ਮੈਂ ਫਿਰ ਉਹ ਇਸ ਕਰਕੇ ਅੱਗੇ ਡਾਂਟਿਆ ਵੀ ਸੀ ਮੈਂ ਕਿਹਾ ਹਜੇ ਗ੍ਰੇਨ ਨਹੀਂ ਲੱਗੀ ਤੇ ਤੁਸੀਂ ਲਿਆ ਇਤਨਾ ਖੇਲੋ ਨਾ ਛੱਤਾਂ ਉੱਪਰ ਜਾ ਕੇ ਅਦਨ ਤੇ ਉਮਾਰ ਦੀ ਤੁਸੀਂ ਤੁਸੀਂ ਹੋਰ ਦੇਖ ਸਕਦੇ ਤੁਸੀਂ ਕਿਸ ਤਰ੍ਹਾਂ ਬੈਠੇ ਅੱਛਾ ਤੇ ਹੁਣ ਤੁਸੀਂ ਇੱਥੇ ਕੀ ਕਰਨਾ ਚਾਹੁੰਦੇ ਹੋ ਯਾਨੀ ਕਿ ਜਿਹੜਾ ਨਾ ਇਸ ਤੇ ਜਿਹੜਾ ਸਾਈਡ ਹੈ ਨਾ ਇਹ ਅਸੀਂ ਇਹਨੂੰ ਇਹ ਮਤਲਬ ਇਹਦਾ ਬਣਦਾ ਰਹਿੰਦਾ ਅਗਲਾ ਅੱਛਾ ਇਹ ਬਣਦਾ ਹੈ ਬਣਾ ਕੇ ਫਿਰ ਇਹ ਮਤਲਬ ਉਹ ਤੋਂ ਲੈ ਕੇ ਨਾ ਇਸ ਤਰ੍ਹਾਂ ਸਿੱਧਾ ਬਣ ਜਾਏਗਾ ਫਿਰ ਇਸ ਦੇ ਉੱਪਰ ਇੱਕ ਤਾਂ ਛੱਤਾਂ ਸਭ ਤੋਂ ਪਹਿਲੇ ਪੱਕੀਆਂ ਕਰਨੀਆਂ ਆ ਅੱਛਾ ਛੱਤਾਂ ਕੱਚੀਆਂ ਆ ਅੱਛਾ ਇਹ ਦੇਖਦੇ ਪਏ ਹੋ ਕਿ ਛੱਤ ਬਿਲਕੁਲ ਕੱਚੀ ਆ ਇਹ ਸਾਰੀਆਂ ਛੱਤਾਂ ਕੱਚੀਆਂ ਲੇਕਿਨ ਮੈਂ ਨੀ ਮੰਨ ਰਿਹਾ ਹੁਣ ਜਾਲੀ ਅਬੂ ਜੀ ਨੇ ਫਿਰ ਕਿਹਾ ਸੀ ਕਿ ਦੋ ਦਿਨ ਬਿਹਤਰ ਲੱਗਦਾ ਤੁਸੀਂ ਕਰ ਲਓ ਮੈਂ ਕਿਹਾ ਅਬੂ ਜੀ ਜੇ ਤੂੰ ਖਰਚਾ ਹੀ ਕਰਨਾ ਤੇ ਸਾਰਾ ਕੁਛ ਕਰਨਾ ਫਿਰ ਨਿਊ ਡਿਜ਼ਾਈਨ ਜਿਹੜੇ ਹੈ ਉਹ ਬਣਵਾਓ ਜਾਲੀਆਂ ਵਾਲੇ ਪੁਰਾਣੇ ਹੋ ਗਏ ਆ ਤੇ ਉਹ ਖੁਦਾ ਨਾ ਖਾ ਸਕੇ ਬੱਚਾ ਉਹਦੇ 'ਚ ਕੋਈ ਜ਼ੋਰ ਕੇ ਡੰਡਾ ਮਾਰ ਦੇ ਤਾਂ ਵੀ ਟੁੱਟਣ ਦਾ ਖਤਰਾ ਹੁੰਦਾ ਤੇ ਕੰਮ ਤੁਸੀਂ ਉਹ ਕਰੀਏ ਜਿਹੜਾ ਇੱਕ ਨਿਊ ਅੱਜ ਦੇ ਦੌਰ ਦਾ ਚੱਲ ਰਿਹਾ ਉਹਦੇ 'ਚ ਇਹ ਹੈ ਕਿ ਤੁਸੀਂ ਅਗਰ ਇੱਕ ਥੋੜ੍ਹੀ ਜਿਹੀ ਦੀਵਾਰ ਬਣੇਗੀ ਵਿੱਚ ਗਰੇਲ ਵਾਲੇ ਪਾਈਪ ਨਹੀਂ ਆਉਂਦੇ ਸਟੀਲ ਵਾਲੇ ਉਹ ਲੱਗਣਗੇ ਫਿਰ ਉਹਨਾਂ 'ਚ ਵੀ ਅੱਗੇ ਉਹਨਾਂ ਦੀਵਾਰਾਂ 'ਚ ਵੀ ਡਿਜ਼ਾਇਨਿੰਗ ਹੁੰਦੀ ਹੈ ਨਹੀਂ ਉਹ ਜ਼ਬਰਦਸਤ ਸਹੀ ਆਈਡੀਆ ਜਿਹੜਾ ਨਾ ਇਹ ਬਿਲਕੁਲ ਠੀਕ ਆ ਤੇ ਇਹਨਾਂ ਚ ਆਵਾਜ਼ ਜ਼ਿਆਦਾ ਆਏਗੀ ਉਹ ਪਾਈਪ ਲੱਗੇ ਹੋਣਗੇ ਨਾ ਉਹਨਾਂ ਚ ਆਵਾਜ਼ ਜ਼ਿਆਦਾ ਆਏਗੀ ਜਾਲੀ ਬਿਲਕੁਲ ਇੱਕ ਇਸ ਤਰ੍ਹਾਂ ਜਾਲੀ ਦੇ ਨਾਲ ਜਾਲੀ ਲੱਗਦੀ ਉਹ ਬੰਦ ਹੋ ਜਾਂਦੀ ਆ ਹਵਾ ਨਹੀਂ ਇਤਨੀਆਂ ਨਹੀਂ ਜਿਹੜੀ ਮੈਂ ਗੱਲ ਕਰ ਰਿਹਾ ਕਿ ਇੱਕ 4 ਇੰਚ ਦੀ ਕੰਧ ਬਣੇਗੀ ਇੱਕ ਇੱਟ ਵਾਲੀ ਉਹਦੇ ਚ ਡਿਜ਼ਾਈਨਿੰਗ ਹੁੰਦੀ ਆ ਉਹ ਮੈਂ ਉਹ ਦਿਖਾਇਆ ਸੀ ਡਿਜ਼ਾਈਨ ਅਬੂ ਜੀ ਉਹਨਾਂ ਨੇ ਵੀ ਫਿਰ ਮੈਂ ਦਿਖਾਇਆ ਸੀ ਅਬੂ ਜੀ ਨੇ ਪਸੰਦ ਆਇਆ ਅਬੂ ਜੀ ਨੇ ਕਿਹਾ ਚਲੋ ਇਹੀ ਕਰ ਉਹ ਪਲੈਨਿੰਗ ਆ ਔਰ ਉਸ ਤੋਂ ਬਾਅਦ ਫਿਰ ਅੱਗੇ ਇੱਥੇ ਇੱਕ ਇੱਥੇ ਉੱਪਰ ਰੂਮ ਵੀ ਬਣਾਵਾਂਗੇ ਵਾਸ਼ਰੂਮ ਵੀ ਬਣਾਵਾਂਗੇ ਇਹ ਸਾਰੀ ਪਲੈਨਿੰਗ ਆ ਬਿਹਤਰੀਨ ਹੋ ਗਿਆ ਜੀ ਅੱਲਾ ਤੁਹਾਡੀ ਕਿਸਮਤ ਚ ਕਰੇ ਤੇ ਬਾਕੀ ਤੁਸੀਂ ਉਧਰ ਦੇਖ ਸਕਦੇ ਹੋ ਬੈਠਕ ਵਾਲਾ ਜਿਹੜਾ ਦਰਵਾਜ਼ਾ ਹੈ ਸੈਂ ਉਹ ਇੱਥੇ ਮੇਰਾ ਮੂਡ ਹੈ ਵੀ ਇੱਥੇ ਬਣਾਈਏ ਵਾਸ਼ਰੂਮ ਅੱਛਾ ਹਾਂਜੀ ਇੱਕ ਇੱਥੇ ਰੂਮ ਉੱਪਰ ਬਣਾਈਏ ਸਹੀ ਤੇ ਇਹ ਫਿਲਹਾਲ ਇੱਕ ਰੂਮ ਦਾ ਸੋਚਿਆ ਹੋਇਆ ਬਾਕੀ ਉਸ ਤੋਂ ਇਲਾਵਾ ਜਿਹੜੀ ਵੀ ਅੱਗੇ ਸੋ ਮਤਲਬ ਕਿ ਵਧਾਵਾਂਗੇ ਠੀਕ ਹੈ ਨਾ ਅੱਛਾ ਹਾਂਜੀ ਇਹਦੇ 'ਚ ਹਜੇ ਪੱਥਰ ਲੱਗਣਾ ਕੱਲ੍ਹ ਨੂੰ ਬਲਕਿ ਉਹ ਜਿਹੜੀਆਂ ਪੱਟੀਆਂ ਲਗਾਉਣ ਵਾਲੀਆਂ ਨਾ ਕਟਿੰਗ ਵਾਲੀਆਂ ਉਹ ਹੁੰਦਾ ਗਰੈਂਡਰ ਜਿਹੜਾ ਮੈਂ ਤੁਹਾਨੂੰ ਕੱਲ੍ਹ ਕਾਲ ਵੀ ਕੀਤੀ ਭਾਈ ਉਹਨਾਂ ਕੋਲ ਉਹ ਅੱਜ ਲੈਣ ਗਏ ਆ ਕੱਲ੍ਹ ਨੂੰ ਇਹਦੀ ਸਾਰੀ ਡਿਜ਼ਾਈਨਿੰਗ ਹੋਏਗੀ ਅੱਛਾ ਵੀ ਅੱਜ ਮੈਸ਼ ਕਰ ਰਹੇ ਪਏ ਨੇ ਮਿਸਤਰੀ ਫਿਆਜ਼ ਭਾਈ ਦੇ ਪੱਟੀ ਲਗਾਉਣ ਵਾਸਤੇ ਇਹ ਕਿੰਨੇ ਫੁੱਟ ਹੋ ਗਈ ਹੈ ਤੁਹਾਡੀ ਹੈ 20 ਫੁੱਟ ਬਣ ਗਈ ਹੈ ਅੱਛਾ 4 ਫੁੱਟ ਲੰਬਾਈ ਬਣਦੀ ਹੈ ਆਪਣਾ 3 ਫੁੱਟ ਅੱਛਾ ਇਹ ਪੱਟੀ ਲਾਣੀ ਹੈ ਇਹ ਪੱਟੀ ਲਾਣੀ ਅੱਛਾ ਇਹ ਕਿੰਨੀਆਂ ਪੱਟੀਆਂ ਲਿਆਂਦੀਆਂ ਇਹ 53 52 ਸਹੀ ਅੱਛਾ ਡਿਜ਼ਾਈਨਿੰਗ ਕਰਵਾਉਣੀ ਹੈ ਅੱਛਾ ਅੱਛਾ ਸਹੀ ਠੀਕ ਤੇ ਮਸਾਲਾ ਵਗੈਰਾ ਬਣਾ ਲਿਆ ਉਹ ਸਾਰਾ ਚੀਜ਼ ਬਣੀ ਪਈ ਤਿਆਰ ਅੱਛਾ ਸਹੀ ਇਹ ਹੁਣ ਨਿਸ਼ਾਨ ਲੱਗਦੇ ਪਏ ਆ ਹਾਂ ਲੈਵਲ ਲੈਵਲ ਇਹ ਲੈਵਲ ਹੁੰਦਾ ਪਿਆ ਹਾਂਜੀ ਅੱਛਾ ਸਹੀ ਹੈ ਪਾਣੀ ਪਾ ਕੇ ਕੀਤਾ ਇਹਦਾ ਠੰਡੀ ਹੋ ਜਾਏਗੀ ਯਾਰ ਮਸਾਲਾ ਬਣਾਇਆ ਪਿਆ ਫਿਆਜ਼ ਮੈਂ ਕਹਿੰਦਾ ਚਾਹੇ ਸਾਰਾ ਕੰਮ ਤੈਨੂੰ ਆਉਣ ਲੱਗ ਜਾ ਹੈ ਭਾਈ ਫਿਆਜ਼ ਇਹ ਤੁਹਾਡੀ ਪਲਾਨਿੰਗ ਬਹੁਤ ਜ਼ਬਰਦਸਤ ਆ ਅਤੇ ਇਹ ਬਹੁਤ ਹੀ ਜ਼ਬਰਦਸਤ ਯਾਨੀ ਕਿ ਤੁਸੀਂ ਬਣਾ ਰਹੇ ਹੋ ਅਤੇ ਹੁਣ ਮੈਂ ਆਪਣੇ ਭੈਣ ਭਰਾਵਾਂ ਨੂੰ ਇਹ ਸ਼ਾਮ ਦਾ ਵਿਊ ਦਿਖਾਉਂਦਾ ਪਿਆ ਕਿ ਕਿੰਨਾ ਪਿਆਰਾ ਸ਼ਾਮ ਦਾ ਵਿਊ ਆਉਂਦਾ ਪਿਆ ਕਿ ਬਹੁਤ ਪਿਆਰਾ ਨਜ਼ਾਰਾ ਵਾ
तो इस दे नाल ही असी अपनी वीडियो का एंड करते हैं। ऐसी साड़ी अज की वीडियो अगर पसंद आए तो लाइक भी शेयर करो, सानू दो इजाजत, अपना बहुत सारा ख्याल रखियो, रब सोने दे वाले रब रखा अल्लाह।